ਸਤਿ ਸ਼੍ਰੀ ਅਕਾਲ ਮੈਂ ਹਸਖਰਾਜ ਗਖਲ ਇਸ ਸਮੇਂ ਤੁਸੀਂ ਦੇਖ ਰਹੇ ਹੋ ਰੇਡੀਓ ਸਪਾਈਸ 15 ਗਾਹ ਸਾਲ 2022 ਨੂੰ ਅੱਜ 인ਡੀਪੈਂਡੈਂਸ ਡੇ ਆਜ਼ਾਦੀ ਦਿਨ ਹੈ 75 ਸਾਲ ਪੂਰੇ ਹੋ ਚੁੱਕੇ ਨੇ ਭਾਰਤ ਨੂੰ ਆਜ਼ਾਦ ਹੋਇਆਂ ਨੂੰ ਪਰ ਕੀ ਸਾਡੇ ਲੋਕ ਸੱਚਮੁੱਚ ਆਜ਼ਾਦ ਹੋ ਚੁੱਕੇ ਨੇ ਕੀ ਸਾਡੇ ਲੋਕ ਸੱਚਮੁੱਚ ਜਾਤਾਂ ਪਾਤਾਂ ਤੋਂ ਊਚ ਨੀਚ ਤੋਂ ਆਜ਼ਾਦ ਨੇ ਇਸ ਦਾ ਜਵਾਬ ਅੱਜ ਕੱਲ੍ਹ ਚੱਲ ਰਹੀਆਂ ਖਬਰਾਂ ਤੋਂ ਮਿਲ ਜਾਂਦਾ ਹੈ ਦੋ ਦਿਨ ਪਹਿਲਾਂ ਖਬਰ ਆਈ ਕਿ ਇੱਕ ਅਧਿਆਪਕ ਨੇ ਇੱਕ ਬੱਚੇ ਨੂੰ ਕੁੱਟਕੁੱਟ ਕੇ ਮਾਰ ਦਿੱਤਾ ਕਾਰਨ ਸੀ ਉਸ ਬੱਚੇ ਨੇ ਉਸ ਅਧਿਆਪਕ ਦਾ ਪਾਣੀ ਝੂਠਾ ਕਰ ਦਿੱਤਾ ਸੀ ਤੇ ਬੱਚਾ Dalit ਪਰਵਾਰ ਤੋਂ ਸੀ ਕੀ ਅਸੀਂ ਇਹੋ ਜਿਹੇ ਲੋਕਾਂ ਤੋਂ ਆਜ਼ਾਦ ਹਾਂ ਕੀ ਅਸੀਂ ਇਸ ਇਹੋ ਜੀ ਸੋਚਣੀ ਤੋਂ ਆਜ਼ਾਦ ਹਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਦੋ ਗਾਣੇ ਆਏ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਂ ਕਹਿ ਲੋ ਆਪਣੀ ਸੋਚ ਪ੍ਰਗਟ ਕੀਤੀ ਪਰ ਉਹਨਾਂ ਗਾਣਿਆਂ ਨੂੰ ਪੂਰੇ ਇੰਡੀਆ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਕੀ ਇਹ ਆਜ਼ਾਦੀ ਹੈ ਬਹੁਤ ਸਾਰੇ ਟਵਿੱਟਰ ਹੈਂਡਲਸ ਬਹੁਤ ਸਾਰੇ ਫੇਸਬੁੱਕ ਅਕਾਊਂਟਸ ਸਿਰਫ ਇਸ ਕਰਕੇ ਡਿਲੀਟ ਕਰ ਦਿੱਤੇ ਗਏ ਕਿਉਂਕਿ ਉਹ ਆਪਣੀ ਆਜ਼ਾਦ ਸੋਚ ਸਾਹਮਣੇ ਰੱਖ ਰਹੇ ਸੀ ਕੀ ਇਹ ਆਜ਼ਾਦੀ ਹੈ ਜੇਕਰ ਤੁਸੀਂ ਵੀ ਮਹਿਸੂਸ ਕਰਦੇ ਹੋ ਤੁਸੀਂ ਆਜ਼ਾਦ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇਕਰ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਆਜ਼ਾਦ ਨਹੀਂ ਹੋ subscribe now and press the bell icon. Never miss an update.